ਪੱਟੀ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਨੂੰ ਅੱਗ ਲੱਗ ਗਈ ਹੈ। ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। 50 ਤੋਂ 60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਸਵੇਰੇ 3 ਵਜੇ ਦੇ ਕਰੀਬ ਇੱਥੇ ਅੱਗ ਲੱਗੀ। ਤਸਵੀਰਾਂ ਸਾਹਮਣੇ ਆਈਆਂ ਨੇ ਪੱਟੀ ਰੇਲਵੇ ਸਟੇਸ਼ਨ ਨੇੜੇ ਕਿਸ ਕਦਰ ਇੱਥੇ ਝੁੱਗੀਆਂ ਨੂੰ ਭਿਆਨਕ ਅੱਗ ਲੱਗੀ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੇ ਇਸ ਅੱਗ ਤੇ ਕਾਬੂ ਜ਼ਰੂਰ ਪਾ ਲਿਆ, ਲੇਕਿਨ ਤਦ ਤੱਕ ਖਾਸਾ ਨੁਕਸਾਨ ਹੋ ਚੁੱਕਿਆ ਸੀ। 50 ਤੋਂ 60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ। ਤੜਕੇ 3 ਵਜੇ ਦੇ ਕਰੀਬ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ। ਸ਼ਾਰਟ ਸਰਕਟ ਫਿਲਹਾਲ ਅੱਗ ਲੱਗਣ ਦੇ ਕਾਰਨ ਦੱਸੇ ਜਾ ਰਹੇ ਨੇ। ਉੱਥੇ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ, ਲੇਕਿਨ ਇਸ ਵਿਚਕਾਰ ਵੱਡਾ ਨੁਕਸਾਨ ਜਿਹੜਾ ਹੋਇਆ ਹੈ। 50 ਤੋਂ 60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ, ਜਿਸ ਦੇ ਨਾਲ ਇੱਥੇ ਇਸ ਝੁੱਗੀਆਂ 'ਚ ਰਹਿਣ ਵਾਲੇ ਜਿਹੜੇ ਨੇ ਉਹ ਬੇਸਹਾਰਾ ਬੇਘਰ ਹੋ ਗਏ ਨੇ। ਸੋਨਾ ਦਾ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਸ਼ਾਰਟ ਸਰਕਟ ਇਸ ਅੱਗ ਲੱਗਣ ਦੀ ਵਜ੍ਹਾ ਬਣੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ, ਜਿਨ੍ਹਾਂ ਨੇ ਕਰੜੀ ਮੁਸ਼ਕਤ ਮਗਰੋਂ ਸੜਕ ਤੇ ਕਾਬੂ ਜ਼ਰੂਰ ਪਾ ਲਿਆ, ਲੇਕਿਨ ਤਦ ਤੱਕ ਖਾਸਾ ਨੁਕਸਾਨ ਹੋ ਚੁੱਕਿਆ ਸੀ। ਤੜਕੇ 3 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਨਰਿੰਦਰ ਸਾਡੇ ਨਾਲ ਇਸ ਵੇਲੇ ਨਰਿੰਦਰ ਪੱਟੀ ਤੋਂ ਜੁੜ ਚੁੱਕੇ ਨੇ। ਨਰਿੰਦਰ, ਕੀ ਕੁਝ ਜਾਣਕਾਰੀ ਹੈ ਇਸ ਪੂਰੀ ਘਟਨਾ ਨੂੰ ਲੈ ਕੇ, ਕਿਉਂਕਿ ਅੱਗ ਤਾਂ ਬੜੀ ਭਿਆਨਕ ਇੱਥੇ ਲੱਗੀ ਸੀ? ਜੀ, ਦੱਸਣਾ ਚਾਹਾਂਗਾ ਕਿ ਬੀਤੀ ਰਾਤ 3 ਵਜੇ ਦੇ ਕਰੀਬ ਜਿਹੜਾ ਇਹ ਮਤਲਬ ਪੱਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਜਿਹੜੇ ਝੁੱਗੀਆਂ ਪੈਂਦੀਆਂ, ਉਹਨਾਂ ਵਿੱਚ ਅੱਗ ਲੱਗਣ ਦੀ ਜਿਹੜੀ ਇਹ ਘਟਨਾ ਵਾਪਰੀ ਆ। ਇਹ ਇੱਥੇ ਜਿਹੜਾ ਇੱਕ ਪੱਟੀ ਦਾ ਜਿਹੜਾ ਕੂੜਾ ਡੰਪ ਵੀ ਕੀਤਾ ਜਾਂਦਾ, ਉਸ ਵਿੱਚ ਜਿਹੜਾ ਵਾ ਬਿਜਲੀ ਸ਼ਾਰਟ ਸਰਕਟ ਦੇ ਕਾਰਨ ਜਿਹੜਾ ਅੱਗ ਲੱਗੀ ਦੱਸੀ ਜਾ ਰਹੀ ਹੈ, ਜਿਸ ਕਰਕੇ 50 ਤੋਂ 60 ਜਿਹੜੇ ਝੁੱਗੇ ਨੇ ਸੜ ਗਈਆਂ ਨੇ। ਇਸ ਅੱਗ ਸੰਬੰਧੀ ਜਿਹੜਾ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਆ, ਉਹ ਮੌਕੇ ਤੇ ਪੁੱਜੇ, ਅੱਗ ਤੇ ਜਿਹੜਾ ਕਾਬੂ ਪਾਇਆ ਜਾ ਰਿਹਾ ਵਾ, ਪਰ ਨੁਕਸਾਨ ਜਿਹੜਾ ਵਾ ਮਾਲੀ ਨੁਕਸਾਨ ਕਾਫੀ ਹੋ ਗਿਆ, ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਵਾ। ਬਿਲਕੁਲ, ਔਰ ਜਿਸ ਤਰ੍ਹਾਂ ਦੇ ਨਾਲ ਇੱਥੇ ਅੱਗ ਲੱਗੀ ਹੈ, ਯਕੀਨਨ ਇਹ ਤਮਾਮ ਲੋਕ ਜਿਹੜੇ ਇਹਨਾਂ ਝੁੱਗੀਆਂ 'ਚ ਰਹਿੰਦੇ ਸਨ ਉਹ ਬੇਘਰ ਬੇਸਹਾਰਾ ਹੋਏ ਨੇ, ਸੋ ਉਹਨਾਂ ਦੇ ਬਾਰੇ ਕੋਈ ਕਦਮ ਚੁੱਕਿਆ ਜਾ ਰਿਹਾ? ਫਿਲਹਾਲ ਅਜੇ ਕੋਈ ਕਿਸੇ ਵੀ ਅਧਿਕਾਰੀ ਨੇ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਜਿਹੜੇ ਝੁੱਗਿਆਂ ਵਿੱਚ ਰਹਿਣ ਵਾਲੇ ਲੋਕ ਸੀ ਉਹਨਾਂ ਦਾ ਤਕਰੀਬਨ ਸਾਰੇ ਸਮਾਨ ਜਿਹੜਾ ਸੜਕ ਉਹ ਸਵਾਹ ਹੋ ਗਿਆ, ਤੇ ਉਹ ਬੀਤੀ ਰਾਤ ਜਿਹੜਾ 3 ਵਜੇ ਤੋਂ ਸੜਕ ਉੱਤੇ ਆਣ ਕੇ ਬੈਠੇ ਹੋਏ ਨੇਗੇ, ਤੇ ਸਾਰਾ ਜਿਹੜਾ ਆਪਣੇ ਨੁਕਸਾਨ ਦੇ ਸੜਨ ਦਾ ਜਿਹੜਾ ਮੰਜਰ ਉਹ ਅੱਖੀ ਦੇਖਦੇ ਰਹੇ ਆ। ਪਰ ਹੁਣ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਜਾਣਕਾਰੀ ਮਿਲਣ ਤੋਂ ਬਾਅਦ ਦਿਨ ਚੜ੍ਹਦੇ ਹੁਣ ਪਹੁੰਚ ਰਹੇ ਨੇ, ਹੁਣ ਉਹਨਾਂ ਨੂੰ ਕੀ ਭਰੋਸਾ ਦਿੱਤਾ ਜਾਂਦਾ ਹੈ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ। ਜੀ ਜੀ, ਨਰਿੰਦਰ, ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ। ਸੋ ਫਿਲਹਾਲ ਜਿਸ ਤਰ੍ਹਾਂ ਨਾਲ ਇੱਥੇ ਅੱਗ ਲੱਗੀ ਹੈ, ਸਵੇਰੇ 3 ਵਜੇ ਦੇ ਕਰੀਬ ਅੱਗ ਲੱਗੀ ਹੈ, ਔਰ ਝੁੱਗੀਆਂ ਜਿਹੜੀਆਂ ਨੇ ਉਹ 50 ਤੋਂ 60 ਝੁੱਗੀਆਂ ਇਸ ਅੱਗ ਦੀ ਲਪੇਟ ਵਿੱਚ ਆਉਣਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਨੇ।